ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਦੀ ਆਪ ਸਰਕਾਰ ਲਗਾਤਾਰ ਕਾਂਗਰਸੀਆਂ ਦੇ ਨਿਸ਼ਾਨੇ ਤੇ ਹੈ। ਹੁਣ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਨੇ ਵੀ ਆਪ ਸਰਕਾਰ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਕਰਪਸ਼ਨ ਦੇ ਮੁੱਦੇ ਤੇ ਕਾਂਗਰਸ ਹਮੇਸ਼ਾ ਆਪ ਦੇ ਨਾਲ ਖੜੀ ਹੈ, ਪਰ ਆਪ ਸਰਕਾਰ ਇਸ਼ਤਿਹਾਰਾਂ ਦੀ ਬਜਾਏ ਕਰਪਸ਼ਨ ਦੇ ਖਿਲਾਫ ਕਾਰਵਾਈ ਕਰੇ। ਇਹ ਬਿਆਨ ਗੁਰਜੀਤ ਔਜਲਾ ਵੱਲੋਂ ਉਸ ਵੇਲੇ ਦਿੱਤੇ ਗਏ ਜਦੋਂ ਨਵਜੋਤ ਸਿੱਧੂ ਨੂੰ ਪਟਿਆਲਾ ਕੇਂਦਰੀ ਜੇਲ੍ਹ 'ਚ ਮਿਲਣ ਪਹੁੰਚੇ ਸੀ। ਇਸ ਮੌਕੇ ਉਹਨਾਂ ਦੇ ਨਾਲ ਸੁਨੀਲ ਦੱਤੀ ਤੇ ਸੁਖਵਿੰਦਰ ਡੈਣੀ ਵੀ ਮੌਜੂਦ ਸੀ। ਮੰਤਰੀ ਸਾਹਿਬ ਨੂੰ ਕਹਿੰਦਾ ਕਿ ਸਾਡੇ ਕੋਲ ਰਿਜ਼ਰਵ ਫੋਰਸਿਸ ਬਹੁਤ ਨੇ, ਉਹਨਾਂ ਸਾਰਿਆਂ ਨੂੰ ਵਿਜੀਲੈਂਸ 'ਚ ਟ੍ਰਾਂਸਫਰ ਕਰੋ ਅਤੇ ਇਹ ਰੋਜ਼ ਦੇ ਬਿਆਨ ਦੇ ਨਾਲ ਤੁਸੀਂ ਜਿਹੜਾ ਵੀ ਕੰਮ ਹੈਗਾ ਉਹ ਕਰਕੇ ਦਿਖਾਓ। ਪਰ ਮੈਂ ਫਿਰ ਤੁਹਾਨੂੰ ਕਹਿੰਦਾ ਕਿ ਜਿਹੜਾ ਤੁਸੀਂ ਤਰੀਕੇ ਦੇ ਨਾਲ ਬਦਨਾਮੀ ਵਾਲਾ ਜ਼ਰੀਆ ਕਿ ਉਹਨੂੰ ਘਰੋਂ ਚੁੱਕਣਾ, ਉਹਨੂੰ ਇੱਥੋਂ ਫੜਨਾ, ਤੁਹਾਨੂੰ ਸਾਰੇ ਕਹਿ ਤੇ ਆਏ ਆ ਵੀ ਤੁਹਾਨੂੰ ਲੋੜ ਹੈ ਸਾਡੀ ਤਾਂ ਅਸੀਂ ਖੜੇ ਹਾਂ। ਮੈਂ ਤੁਹਾਨੂੰ ਬਤੌਰ ਜਾਤੀ ਕਹਿੰਦਾ ਕਿ ਅਸੀਂ ਲੋਕ ਭ੍ਰਿਸ਼ਟਾਚਾਰ ਦੇ ਅੰਗੇਸਟ ਹੈ, ਪਰ ਉਹਦਾ ਰੋਜ਼ ਇੱਕ ਤਾਂ ਹੁੰਦਾ ਕਿਸੇ 'ਤੇ ਕੇਸ ਬਣਨ ਤੋਂ ਬਾਅਦ ਟ੍ਰਾਇਲ ਚੱਲਣਾ, ਉਹਦਾ ਪਹਿਲਾਂ ਮੀਡੀਆ ਟ੍ਰਾਇਲ ਚਲਾਈ ਰੱਖਣਾ ਜੀ, ਸਾਡੇ ਰਡਾਰ 'ਤੇ ਆ ਜੀ, ਅਸੀਂ ਉਹਨੂੰ ਫੜਨ ਚੱਲੇ ਹਾਂ ਜੀ, ਸਾਨੂੰ ਸ਼ੰਕਾ ਆ, ਇਹੋ ਜਿਹੀਆਂ ਖਬਰਾਂ ਨਹੀਂ ਹੋਣੀਆਂ ਚਾਹੀਦੀਆਂ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।